ਕੀ ਹਾਲ ਹੈ, ਉਮੀਦ ਕਰਦਾ ਠੀਕ ਠਾਕ ਹੋਵੋਗੇ। ਅੱਜ ਫਿਰ ਇੱਕ ਹੋਰ ਨਵਾਂ ਵਲੌਗ ਅਤੇ ਅੱਜ ਅਸੀਂ ਆਏ ਹਾਂ ਪਟਿਆਲੇ ਭਾਅ ਜੀ ਨਾਲ, ਅਤੇ ਥੋੜ੍ਹੀ ਥੋੜ੍ਹੀ ਸਾਡੀ ਸਲਾਹ ਬਣਦੀ ਹੈ। ਤੁਹਾਨੂੰ ਉਦੋਂ ਵਲੌਗ ਦੇ ਵਿੱਚ ਵੀ ਦੱਸਿਆ ਸੀਗਾ ਵੀ ਥਾਰ ਬਾਰੇ, ਅਤੇ ਉਸ ਦਿਨ ਹਨੇਰਾ ਹੋ ਗਿਆ ਸੀਗਾ ਲੁਧਿਆਣੇ, ਜਿੱਦਣ ਲੁਧਿਆਣੇ ਗਏ ਸੀਗੇ 7:30 ਦਾ ਟਾਈਮ ਹੋ ਗਿਆ ਸੀਗਾ ਜਦ ਨੂੰ ਉਹਨਾਂ ਦਾ ਸਟਾਫ ਸੂਫ ਚਲਾਇਆ ਜਾਂਦਾ, ਅਤੇ ਅੱਜ ਅਸੀਂ ਪਟਿਆਲੇ ਆਏ ਹਾਂ ਮਹਿੰਦਰ ਵਾਲਿਆਂ ਦੇ ਥਾਰ ਦੇਖਣ, ਅਤੇ ਦੇਖਾਂਗੇ ਜੇ ਰਾਈਡ ਮਿਲਦੀ ਹੋਈ ਤਾਂ ਰਾਈਡ ਵੀ ਲਵਾਂਗੇ, ਟਰਾਈ ਕਰਕੇ ਦੇਖਦੇ ਹਾਂ ਵੀ ਕਿੱਦਾਂ ਦੀ ਗੱਡੀ ਆ। ਚਲੋ ਠੀਕ ਆ, ਮਿਲਦੇ ਹਾਂ ਏਜੰਸੀ ਦੇ ਵਿੱਚ। ਹਾਂਜੀ, ਗੱਡੀ ਪਾਰਕ ਲਾ ਰਿਹਾ ਮਹਿੰਦਰਾ ਦੀ ਏਜੰਸੀ ਦਾ, ਅਸੀਂ ਪਹੁੰਚ ਗਏ ਪਟਿਆਲੇ ਤੋਂ, ਕਾਫੀ ਦੂਰ ਪੈ ਜਾਂਦੀ ਆ ਬਹਾਦਰਗੜ੍ਹ, ਜਿਹੜੀ ਬਹਾਦਰਗੜ੍ਹ ਰੋਡ 'ਤੇ ਪੈ ਜਾਂਦੀ ਆ, ਅਤੇ ਚਲੋ ਦੇਖਦੇ ਹਾਂ ਹੈ ਨਾ, ਤੁਹਾਨੂੰ ਦਿਖਾਵਾਂਗੇ ਅਲੱਗ ਅਲੱਗ ਰੰਗ ਥਾਰ ਦੇ, ਜ਼ਿਆਦਾਤਰ ਕਾਲੇ ਖੜ੍ਹੇ ਨੇ, ਇੱਕ ਰੈੱਡ ਵੀ ਖੜ੍ਹਾ, ਤਾਂ ਦੇਖਦੇ ਹੈ ਨਾ। ਦੇਖੋ ਭਾਅ ਜੀ ਦੀ ਅੱਜ ਤਾਂ ਪੱਗ ਸਰੇ ਬੰਨੀ ਹੋਈ ਆ ਨਾ, ਦੇਖੋ ਆਹ ਦੇਖੋ ਰੈੱਡ ਕਲਰ, ਆਹ ਰੈੱਡ ਕਲਰ ਹੈ, ਆ ਗਿਆ ਬਲੈਕ ਕਲਰ, ਬਲੈਕ ਹੀ ਬਲੈਕ ਖੜ੍ਹੇ ਆ। ਆ ਦੇਖੋ ਆ ਖੜੀ ਆ ਥਾਰ, ਪੈਟਰੋਲ ਮਾਡਲ ਹੈ ਇਹ, ਸਟੈਲੀਅਨ TJ 150। ਦੇਖੋ ਲੁੱਕ ਬਾਈ, ਧੱਕ ਪਾਉਂਦੀ ਆ ਨਾ, ਲੱਗਦੀ ਆ ਨਾ ਜਿਵੇਂ ਰੂਬੀਕੋਨ ਹੈ। ਆ ਦੇਖੋ ਤੁਹਾਨੂੰ ਦਿਖਾਉਣੇ ਆ, ਆਹ ਇਹਦਾ ਜਿਹੜਾ ਬੈਜ ਲੱਗਿਆ ਹੋਇਆ ਇਹੀ ਧੱਕ ਪਾਉਂਦਾ। ਹਾਂਜੀ ਦੋਸਤੋ, ਉਹ ਅਸੀਂ ਨਾ ਪੁੱਛਿਆ ਵੀ ਥਾਰ ਦੀ ਬੁਕਿੰਗ ਵਗੈਰਾ, ਬਾਈ ਜੀ ਸਾਨੂੰ ਤਾਂ ਐਂ ਸੀਗਾ ਵੀ ਥਾਰ ਵੀ ਮਿਲ ਜੂਗੀ ਐਵੇਂ ਹੈ ਨਾ, 2-4 ਦਿਨਾਂ 'ਚ 5-6 ਦਿਨਾਂ 'ਚ, 1 ਸਾਲ ਦੀ ਬੁਕਿੰਗ ਚੱਲਦੀ ਆ ਕਹਿੰਦੇ ਜੀ, ਫਿਰ ਕਹਿੰਦੇ 11 ਮਹੀਨਿਆਂ ਦੀ ਬੁਕਿੰਗ ਚੱਲਦੀ ਆ, ਯਾਨੀ ਐਕਚੁਅਲੀ 11 ਮਹੀਨਿਆਂ ਦੀ ਬੁਕਿੰਗ ਚੱਲਦੀ ਆ ਜੇ ਥਾਰ ਲੈਣੀ ਆ, ਬਹੁਤ ਟਾਈਮ ਲੱਗਦਾ। ਚਲੋ ਦੇਖਦੇ ਹਾਂ ਗੱਲਬਾਤ ਕਰਕੇ ਹੈ ਨਾ ਜੇ ਰਾਈਡ ਮਿਲਦੀ ਆ। ਲੋ ਆ ਜਾਓ, ਤੁਹਾਨੂੰ ਵਿੱਚੋਂ ਦਿਖਾਈਏ ਥਾਰ, ਆ ਹੈ ਥਾਰ ਬਾਈ, ਜਣੀ ਥਾਰ ਦੇ ਵਿੱਚ ਬੈਠ ਕੇ ਨਾ ਦੋਸਤੋ ਇੱਦਾਂ ਲੱਗਦਾ ਜਿਵੇਂ ਨਾ ਇੱਕ ਰਾਜੇ ਮਹਾਰਾਜਿਆਂ ਵਾਲੀ ਗੱਡੀ ਨਹੀਂ ਹੁੰਦੀ, ਉਹ ਫੀਲਿੰਗ ਆਉਂਦੀ ਆ। ਪਰ ਬਸ ਇਹ ਆ ਵੀ 5 ਬੰਦੇ ਬਹਿੰਦੇ ਆ ਅਤੇ ਡਿੱਗੀ ਦੀ ਬਹੁਤ ਘਾਟ ਹੈ, ਪਰ ਜਦੋਂ ਬਾਈ ਫੀਲਿੰਗਾਂ ਲੈਣੀਆਂ ਨੇ ਨਾ, ਜਦੋਂ ਫਿਰ ਡਿੱਗੀ ਡੁੱਗੀ ਮੈਟਰ ਨਹੀਂ ਕਰਦੀ, ਫਿਰ ਉਹ ਚੀਜ਼ਾਂ ਬੰਦਾ ਭੁੱਲ ਜਾਂਦਾ। 4x4 ਹੈ ਇਹ, ਆਹ ਦੇਖੋ 4x4 ਹੈ। ਹਾਂਜੀ ਦੋਸਤੋ, ਜੇ ਤਾਂ ਸਕੋਰਪੀਓ ਹੁਣ ਤਾਂ ਆਪਣੇ ਕੋਲ ਹੈਗੀ ਆ, ਜੇ ਵਧੀਆ ਲੱਗਦੀ ਆ ਤਾਂ ਆਪਾਂ ਦੇਖ ਲਾਂ ਲੈ ਲਾਂਗੇ। ਫਿਰ ਮੇਰੀ ਸਲਾਹ ਹੋਈ ਸੀ ਵੀ ਆਪਾਂ ਸਕੋਰਪੀਓ ਵੇਚ ਕੇ ਨਾ ਵੀ ਥਾਰ ਲੈ ਲਈਏ, ਪਰ ਸਕੋਰਪੀਓ 7-ਸੀਟਰ ਹੈ ਅਤੇ ਉਹਦੀ ਜ਼ਰੂਰਤ ਬਹੁਤ ਰਹਿੰਦੀ ਆ, ਕਿਉਂਕਿ ਲਗੇਜ ਵਗੈਰਾ ਸਮਾਨ ਵਗੈਰਾ ਟਿਕ ਜਾਂਦਾ। ਪਰ ਤੁਸੀਂ ਇਹ ਵੀ ਦੇਖ ਸਕਦੇ ਹੋ ਬਾਈ, ਇਹ ਵੀ ਨਾ ਡ੍ਰੀਮ ਹੈ ਵੀ ਪੂਰਾ ਕਰਨਾ, ਥਾਰ ਵੀ ਲੈਣੀ ਹੈ। ਅਤੇ ਚਲੋ ਦੇਖਦੇ ਹਾਂ ਵੀ ਕੀ ਬਣਦਾ ਹੈ ਨਾ, 11 ਮਹੀਨੇ ਦੀ ਬੁਕਿੰਗ ਚੱਲਦੀ ਆ, ਕਿੰਨਾ ਕੁ ਟਾਈਮ ਲੱਗੂਗਾ ਵੀਰੇ ਜੇ ਆਪਾਂ ਮਤਲਬ ਅੱਜ ਬੁੱਕ ਕਰਾਈਏ ਤਾਂ ਕਦੋਂ ਮਿਲ ਸਕਦੀ ਹੈ? ਇਸ ਟਾਈਮ ਭਾਅ ਜੀ ਜਿਹੜੀ ਥਾਰ ਦੀ ਗੱਡੀ ਤੁਹਾਨੂੰ ਪਤਾ ਕਿ ਸਕਸੈਸਫੁਲੀ ਰਨ ਕਰਦੀ ਹੈ ਠੀਕ ਹੈ, ਬੁਕਿੰਗ ਪੀਰੀਅਡ ਜਿਹੜਾ ਹੈਗਾ ਤਕਰੀਬਨ ਇਹਦਾ 37-38 ਹਫ਼ਤੇ ਚੱਲਦਾ ਪਿਆ। ਓਕੇ ਹਾਂਜੀ, ਉਸ ਹਿਸਾਬ ਨਾਲ ਦੇਖੀਏ ਤਾਂ 7-9 ਮਹੀਨੇ ਦੇ ਵਿੱਚ ਇਹਦਾ ਵੇਟਿੰਗ ਪੀਰੀਅਡ ਬਣਦਾ, 7-9 ਹਾਂ, ਮਤਲਬ ਪੈਟਰੋਲ ਔਰ ਡੀਜ਼ਲ ਵੇਰੀਅੰਟ ਦੇ ਅਕੋਰਡਿੰਗ ਅਲੱਗ ਅਲੱਗ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਤੁਹਾਨੂੰ ਮਿਲ ਜਾਂਦੀਆਂ। ਓਕੇ, ਅਤੇ ਡੀਜ਼ਲ ਦੇ ਐਲਐਕਸ ਵੇਰੀਅੰਟ ਜਿਹੜਾ ਹੈਗਾ ਦਾ ਮੇਨ ਵੇਰੀਅੰਟ ਹੈਗਾ, ਉਹਦੇ ਵਿੱਚ ਅੱਗੇ ਅੱਗੇ ਡਿਸਕ੍ਰਾਈਬਡ ਵੇਰੀਅੰਟ ਹੈਗੇ ਨੇ, ਜਿਵੇਂ ਆਟੋਮੈਟਿਕ ਲੈਣਾ ਤੁਸੀਂ, ਮੈਨੂਅਲ ਲੈਣਾ ਚਾਹੁੰਦੇ ਹੋ ਤੁਸੀਂ, ਡੀਜ਼ਲ ਹੈ, ਪੈਟਰੋਲ ਹੈ, ਕਨਵਰਟੀਬਲ ਟਾਪ ਲੈਣਾ ਜਾਂ ਹਾਰਡ ਟਾਪ ਲੈਣਾ, ਫਿਕਸਡ ਹਾਰਡ ਟਾਪ ਵੀ ਆਉਂਦਾ, ਸਾਰੇ ਚੀਜ਼ਾਂ ਦੇ ਮਾਡਲ ਇੱਕੋ ਹੀ ਵੇਰੀਅੰਟ ਦੇ ਵਿੱਚ ਅੱਗੇ ਅੱਗੇ ਡਿਸਕ੍ਰਾਈਬ ਕੀਤੇ ਹੋਏ ਨੇ। ਅਤੇ ਪ੍ਰਾਈਸ ਵਾਈਜ਼ ਅਗਰ ਆਪਾਂ ਗੱਲ ਕਰੀਏ ਤੇ ਜਿਹੜਾ ਐਲਐਕਸ ਦਾ ਡੀਜ਼ਲ ਆਟੋਮੈਟਿਕ ਵੇਰੀਅੰਟ ਹੈਗਾ, ਹਾਂਜੀ, ਤੇ ਉਹ ਕਨਵਰਟੀਬਲ ਟਾਪ ਦੇ ਨਾਲ 15,43,000 ਤੋਂ ਸਟਾਰਟ ਹੋ ਜਾਂਦਾ, 15,43,000 ਤੋਂ ਸਟਾਰਟ ਹੋ ਜਾਂਦਾ। ਟਾਪ ਮਾਡਲ ਅਗਰ ਆਪਾਂ ਜਿਵੇਂ ਡੀਜ਼ਲ ਆਟੋਮੈਟਿਕ ਹਾਰਡ ਟਾਪ ਦੇ ਨਾਲ ਗੱਲ ਕਰੀਏ ਤਾਂ ਔਨ ਰੋਡ 18.5 ਲੱਖ ਦੇ ਅਰਾਊਂਡ ਕੋਸਟ ਕਰਦਾ ਹੈ, 18,44,000 ਦੇ। ਓਕੇ ਓਕੇ ਠੀਕ ਹੈ, ਇਹ ਸਾਰੀਆਂ ਦੀ ਵੇਰੀਅੰਟ ਡਿਸਕ੍ਰਿਪਸ਼ਨ ਹੈ, ਬਾਕੀ ਇਹਦੇ 'ਚ ਟੋਟਲ ਜੇ ਪੈਟਰੋਲ ਅਤੇ ਡੀਜ਼ਲ ਦੇ ਵਿੱਚ ਕਰਕੇ 4-4 ਵੇਰੀਅੰਟ ਬਣ ਜਾਂਦੇ ਨੇ, ਕਨਵਰਟੀਬਲ ਟਾਪ ਲੈਣਾ, ਹਾਰਡ ਲੈਣਾ, ਮੈਨੂਅਲ ਲੈਣਾ ਜਾਂ ਆਟੋਮੈਟਿਕ ਲੈਣਾ, ਇਸ ਤਰ੍ਹਾਂ। ਠੀਕ ਹੈ ਠੀਕ ਹੈ ਠੀਕ ਹੈ, ਆਟੋਮੈਟਿਕ ਹਾਰਡ ਟਾਪ ਦੇ ਵਿੱਚ ਹੈ ਅਤੇ ਆ ਜਾਏਗਾ 15-16 ਮਤਲਬ ਤਕਰੀਬਨ ਹੋਊਗਾ, ਪਹਿਲਾਂ 25,000 ਰੁਪਇਆ ਡਿਫਰੈਂਸ ਸੀਗਾ, ਉਹ ਜਿਵੇਂ ਜਿਵੇਂ ਡਿਮਾਂਡ ਵਾਈਜ਼ ਆਉਂਦਾ ਗਿਆ ਤਾਂ ਪੈਟਰੋਲ ਜਿਹੜਾ ਹੈਗਾ ਪ੍ਰਾਈਸ ਉੱਪਰ ਆ ਗਿਆ, ਸੇਮ ਹੀ ਹੈਗਾ। ਔਨ ਰੋਡ ਦੇ ਵਿੱਚ ਐਂ ਕਿ ਥੋੜ੍ਹਾ ਜਿਹਾ ਪੈਟਰੋਲ ਦੀ ਜਿਹੜੀ, ਅਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਐਮ ਬਾਈ ਜੀ ਨੇ, ਤੁਸੀਂ ਜਿਹੜੀ ਤੁਸੀਂ ਡਿਟੇਲ ਸੁਣੀ ਆ, ਇਹਨਾਂ ਨੇ ਸਾਰੀ ਡਿਟੇਲ ਦੱਸੀ ਆ ਵੀ ਜਿਹੜਾ ਫੁੱਲ ਟੋਪ ਮਾਡਲ ਆ ਜਿਹੜਾ ਲਾ ਕੇ ਉੱਪਰ ਸਾਰਾ ਕੁਛ ਟੋਟਲ ਆ ਕੇ 18.5 ਲੱਖ ਦੇ ਵਿੱਚ ਪੈ ਜਾਂਦਾ, ਅਤੇ 7-9 ਮਹੀਨੇ ਬਾਕੀ ਅਲੱਗ ਅਲੱਗ ਵੇਰੀਐਂਟ ਦੇ ਹਿਸਾਬ ਨਾਲ ਉਨਾ ਕੁ ਟਾਈਮ ਲੱਗ ਸਕਦਾ, ਅਤੇ ਮੈਕਸੀਮਮ ਲੱਗਦਾ 9 ਮਹੀਨੇ ਹੈ ਨਾ ਵੀਰ ਜੀ,
मैक्सीम 9 महीने इन्होंने कहा भी वो वो 9 महीने लगन गए। तो चलो देखते हैं मिलते हैं थोड़ा बाकी सारी दिखाने गड्डिया। आ है क्रीमी जहा कलर वाइट जहा कलर XUV 700 है तो मैं थोड़ा दिखा। देखो ये तुम देख सकते हो इंटीरियर इंटीरियर सीट कवर वगैरह भाई फुल लग्जरी है। तो ये सनरूफ भी हैगी देख सकते हो सनरूफ आ 7 सीटर या 2, 3, 5 सैवन सीटर आ जाती है। ब्लैक कलर देखे होना ज़्यादातर ब्लैक ही मशहूर है थार दे विच पर हुण मैं थोनों दिखाउणा रैड ते वो कलर पता नहीं किहड़ा स्काई जिहा कलर ब्लू जिहा कलर लगता है ब्लू ग्रीन जिहा ते कि इहदे विच हैगा कॉपर कलर रैड कॉपर ते ग्रीन जिहा कलर ते थोनों मैं ये कलर दिखाउणा तुसीं देखो कितने सोहणे लगदे आ पर रैड कलर ऑप्शन ऑप्शन लगदा। ते दोस्तों तुसीं देखिया होना ना कलर 4 कलर अवेलेबल ने इत्थे आ देखो थोनों मैं दिखावां आ है कॉपर कलर तो अब ये कॉपर कलर आ जाता तो आ जाता रेड कलर थोड़ा उधर हो गया दिखा आ जोड़ा तुम मेरे पिछे देख रहे हो ये रेड कलर आ जाता रेड तो ब्लैक ज़्यादा फेमस है ब्लैक ज़्यादा फेमस है ज़्यादातर मैं तो रोड पर देखे ने ब्लैक ही देखे पर यह कलर भी बहुत सोहना लगता। आ देखो दोस्तों मैं सूँ दिखा XUV 700 बई 13 लाख तो मॉडल स्टार्ट है जानी मैं एक गल मानता महिंद्रा की थोनू कोई ना 7 सीटर गड्डी 13 लाख तो लैके 26 तक मॉडल आए तुम जो मर्जी मॉडल सामने फीचर का ही फर्क पैंता 7 सीटर थोनू मिलेगा तो जोड़े आ लॉक ने यह थोनू हरेक मॉडल के मिलने ठीक है। तो जी LCD वगैरह लगी हुई है वह माड़ा मोटा फर्क हो सकता पर थोनू कोई होर कंपनी नहीं दे सकती सिर्फ महिंद्रा दे सकती है 7 सीटर गड्डी 13 लाख तो स्टार्ट तो तुम वो अपने फंक्शन जिन्हें थोड़ा चाहिए ने उस हिसाब से तुम ले सकते हो पर मैं एक गल मानता भी महिंद्रा की देखो तुम इंटीरियर देखो गड्डी का तुम इंटीरियर देख के अंदाजा ला सकते हो ठीक है ऑटोमैटिक ले सकते हो जो मर्जी तुम वेरियंट आपके हिसाब से ले सकते हो पर 13 लाख तो लेके गड्डी स्टार्ट होंगी हो 7 सीटर तो एड्डी बड़ी गड्डी बहुत वधिया गल है कोई होर कंपनी नहीं दे सकती सिर्फ महिंद्रा ही ये काम करती है जादू सिर्फ महिंद्रा का ही आ। थोनों मैं ग्रिल दिखा देखो बई मूहरों गड्डी ताकड़ लगती है पूरी ठीक है। असी देखना इसी थार तो साडा मूड बनता जाता है पर वेटिंग बहुत ज़्यादा है बस यही घाट है भी वेटिंग बहुत ज़्यादा आ जद नूं भाजी कनेडा चले जाएंगे तो यानी जे असी गड्डी लैनी हुई ना फ्यूचर जे मान लो भी हुण तो महीने 2 महीने साडी यानी फुल सलाह इस गड्डी की ठीक है मीडियम जब मॉडल ले लेंगे जरूरी नहीं है भी अपर टॉप मॉडल लेना तो आ तुसी देख सकते हो मैं थोनों दिखा दिना तो ये आ मॉडल ने। हाँ जी गाइस असी ना एक इतने मॉल बनया वो एंटर होने लगे थे पर जो एंटर होने लगे इतने तो कोई है ही नहीं गा कमिंग सून है हले बन रहा है मैं लगता है KFC का बोर्ड लगे वो भी मैं लगता हले ओपन नहीं होया है तो असं हम इतों मूव होके ओमैक्स मॉल है लास्ट वन ऑप्शन वो चलते हैं चलो खा पी लवेंगे नाले अज मैनू सुनो मैं दसा मैनू फोन मेरा मिल गया 12 Pro तो ये मैं स्वैप करवाया बिल्कुल नवा ही मिले मैनू इंश्योरेंस करवाई थी तो हूँ थोड़ा वीडियो का फर्क लगेगा तो चलो ये कवर कुवर भी लवा लेंगे नाले ये प्रोटैक्टर वगैरह ला